ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀ ਟੀਵੀ ਤੇ ਮੈਂ ਰਸ਼ਪਿੰਦਰ ਸਿੰਘ ਤਸਵੀਰਾਂ ਪਿੰਡ ਬਾਲ ਤੇ ਖੁਰਦ ਦੀਆਂ ਦਿਖਾ ਰਿਹਾ ਜਿੱਥੇ ਕੋਆਪਰੇਟਿਵ ਸੋਸਾਇਟੀ ਦੇ ਸਰਬਸੰਮਤੀ ਦੇ ਨਾਲ ਮੈਂਬਰ ਚੁਣੇ ਗਏ ਨੇ। ਤਸਵੀਰਾਂ ਦੇਖ ਸਕਦੇ ਹੋ ਤਾਂ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਤਾਂ ਪ੍ਰਦੀਪ ਤੇ ਜੇ ਮੁੜ ਤੋਂ ਮੈਂਬਰ ਬਣੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਬਲਜਿੰਦਰ ਸਿੰਘ ਵੀ ਮੌਜੂਦ ਨੇ, ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ। ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜੀ ਖੁਸ਼ੀ ਨਜ਼ਰ ਆ ਰਹੀ ਹੈ, ਤਸਵੀਰਾਂ ਜਿਹੜੀਆਂ ਨੇ ਤਾਂ ਤੁਹਾਨੂੰ ਬਾਲ ਤੇ ਖੁਰਦ ਦੀਆਂ ਦਿਖਾ ਰਹੇ ਹਾਂ ਜਿੱਥੇ ਕੋਆਪਰੇਟਿਵ ਸੋਸਾਇਟੀ ਦੇ ਅੱਜ ਮੈਂਬਰ ਚੁਣੇ ਗਏ ਨੇ। ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਵਿਕਟਰੀ ਨਜ਼ਰ ਆ ਰਹੀ ਹੈ, ਜਿੱਤ ਦਾ ਨਿਸ਼ਾਨ ਹੈ ਜਿਹੜਾ ਤਾਂ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਤਾਂ ਹੋਰ ਵੀ ਜਿਹੜੇ ਮੌਜੂਦ ਨੇ, ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਰਮੇਸ਼ ਪਾਲ, ਕਰਮਜੀਤ ਸਿੰਘ ਤੇ ਗੁਰਮੀਤ ਸਿੰਘ, ਹੁਕਮ ਸਿੰਘ, ਮੱਖਣ ਸਿੰਘ, ਬਲਜਿੰਦਰ ਸਿੰਘ ਜਿਹੜੇ ਬਲਾਕ ਪ੍ਰਧਾਨ ਨੇ ਤਾਂ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਯਾਦਵਿੰਦਰ ਸਿੰਘ ਤੇ ਪਿਆਰਾ ਸਿੰਘ ਤੋਂ ਇਲਾਵਾ ਜਤਿੰਦਰ ਸਿੰਘ ਵੀ ਨਜ਼ਰ ਆ ਰਿਹਾ। ਤਾਂ ਇਸ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਨੇ ਜਿਹੜੇ ਤਾਂ ਮੌਜੂਦ ਨੇ। ਤਾਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਅੱਜ ਮੈਂਬਰ ਚੁਣੇ ਗਏ ਨੇ ਤਾਂ ਕੁਝ ਦਿਨਾਂ ਬਾਅਦ ਜਿਹੜੀ ਪ੍ਰਧਾਨਗੀ ਦੀ ਚੋਣ ਵੀ ਜਿਹੜੀ ਹੋਣੀ ਹੈ ਤਾਂ ਜਿਹੜਾ ਪ੍ਰਧਾਨ ਵੀ ਚੁਣਿਆ ਜਾਣਾ। ਤਾਂ ਦੇਖ ਸਕਦੇ ਹੋ ਪ੍ਰਦੀਪ ਤੇਜੇ ਦਾ ਮੁੜ ਤੋਂ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਕੋਆਪਰੇਟਿਵ ਸੋਸਾਇਟੀ ਦੇ, ਤਾਂ ਮੁੜ ਤੋਂ ਜਿਹੜਾ ਮੈਂਬਰ ਚੁਣੇ ਗਏ ਨੇ। ਤਾਂ ਉੱਥੇ ਲੈ ਚੱਲਦੇ ਹਾਂ, ਕੀ ਕਹਿਣਾ ਪ੍ਰਦੀਪ ਤੇਜੇ ਦਾ, ਕੀ ਕਹਿਣਾ ਬਲਜਿੰਦਰ ਸਿੰਘ ਦਾ, ਕੀ ਕਹਿਣਾ ਹਰਮੇਸ਼ ਸਿੰਘ ਦਾ? ਪ੍ਰਦੀਪ ਸਿੰਘ ਜੀ, ਪ੍ਰਦੀਪ ਜੀ ਅੱਜ ਦੁਬਾਰਾ ਚੋਣ ਆਈ ਹੈ, ਤੁਸੀਂ ਪਹਿਲਾਂ ਪ੍ਰਧਾਨ ਰਹੇ ਹੋ ਤੇ ਹੁਣ ਕਿਵੇਂ ਰਹੀ? ਹਾਂਜੀ, ਚੋਣ ਬਹੁਤ ਸ਼ਾਂਤੀ ਨਾਲ ਹੋਈ ਹੈ ਜੀ। ਅਸੀਂ 14 ਮੈਂਬਰਾਂ ਚੋਂ 11 ਮੈਂਬਰ ਚੁਣੇ ਗਏ ਜੀ। ਤੇ ਕਿਵੇਂ ਅਮਨ ਸ਼ਾਂਤੀ ਨਾਲ? ਹਾਂਜੀ, ਅਮਨ ਸ਼ਾਂਤੀ ਨਾਲ। ਪਹਿਲਾਂ ਕਮੇਟੀ ਮੈਂ ਪ੍ਰਧਾਨ ਰਿਹਾ ਜੀ, ਸਾਰੇ ਮੈਂਬਰ ਦੇ ਬਹੁਤ ਵਧੀਆ ਕੰਮ ਕਰੇ ਜੀ, ਲੋਕਾਂ ਨੂੰ ਦੁਬਾਰਾ ਮੌਕਾ ਦਿੱਤਾ ਜੀ, ਬਹੁਤ ਬਹੁਤ ਧੰਨਵਾਦ ਕਰਦੇ ਜੀ ਲੋਕ। ਸਾਰੇ ਪਿੰਡ ਨੇ ਸਾਥ ਦਿੱਤਾ? ਹਾਂ, ਸਾਰੇ ਪਿੰਡ ਨੇ ਸਾਥ ਦਿੱਤਾ ਜੀ। ਤਾਂ ਧੰਨਵਾਦ ਪੈਂਦਾ। ਹਾਂਜੀ ਹਾਂ, ਧੰਨਵਾਦ ਸਾਰੇ ਪਿੰਡ ਦਾ ਜੀ। ਬਲਜਿੰਦਰ ਸਿੰਘ, ਬਲਜਿੰਦਰ ਜੀ ਅੱਜ ਚੋਣ ਹੋਈ ਹੈ, ਪਿੰਡ ਦੇ ਵਿੱਚ ਕਿਵੇਂ ਰਹੀ? ਤੇ ਅੱਜ ਸਾਡੇ ਦੀ ਬਾਲਦ ਖੁਰਦ ਸਹਿਕਾਰੀ ਸਭਾ ਦੀ ਚੋਣ ਹੋਈ ਅਤੇ ਬਹੁਤ ਅਮਨ ਸ਼ਾਂਤੀ ਨਾਲ, ਬਹੁਤ ਚੰਗੇ ਤਰੀਕੇ ਨਾਲ ਚੋਣ ਕਰੀ ਗਈ ਸੀ ਸਾਰੇ ਪ੍ਰਸ਼ਾਸਨ ਦਾ ਅਤੇ ਮੌਜੂਦਾ ਸਰਕਾਰ ਦਾ। ਆਮ ਆਦਮੀ ਪਾਰਟੀ ਦਾ ਤਹਿ ਦਿਲ ਨੂੰ ਧੰਨਵਾਦ ਕਰਦੇ ਹਾਂ, ਬਹੁਤ ਨਿਰਪੱਖ ਚੋਣ ਕਰਵਾਈ ਗਈ ਅਤੇ 7 ਦੇ 7 ਮੈਂਬਰ ਜੋ ਅੱਜ ਚੁਣੇ ਗਏ ਨੇ ਉਹਨਾਂ ਨੇ ਇੱਕ ਪ੍ਰਣ ਵੀ ਲਿਆ ਕਿ ਅਸੀਂ ਜੋ ਚੋਣ ਲੜੀ ਆ ਇਹ ਸਿਰਫ ਦਿਖਾਵੇ ਲਈ ਨਹੀਂ, ਜਿਵੇਂ ਪਹਿਲਾਂ ਪਿਛਲੀ ਕਮੇਟੀ ਨੇ ਬਹੁਤ ਚੰਗੇ ਤਰੀਕੇ ਨਾਲ ਸੁਸਾਇਟੀ ਨੂੰ ਮੁਨਾਫੇ ਵੱਲ ਲੈ ਕੇ ਗਏ, ਘੱਟ 'ਚੋਂ ਕੱਢਿਆ, ਹੁਣ ਉਹੀ ਨਕਸ਼ੇ ਕਦਮ 'ਤੇ ਚੱਲਦੇ ਹੋਏ ਅਸੀਂ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਸਭਾ ਨੂੰ ਅੱਗੇ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲੇ 5 ਸਾਲਾਂ ਦੇ ਵਿੱਚ ਇੱਕ ਆਈਡਲ ਸੁਸਾਇਟੀ ਬਣਾਉਣਾ ਚਾਹੁੰਦੇ ਹਾਂ, ਜਾਂ ਕਿ ਸਾਰਾ ਪੰਜਾਬ ਦੇਖੇ ਕਿ ਘਾਟੇ ਤੋਂ ਮੁਨਾਫੇ ਵੱਲ ਅਤੇ ਆਮ ਦਰਮਿਆਨੇ ਕਿਸਾਨਾਂ ਵਾਸਤੇ, ਛੋਟੇ ਕਿਸਾਨਾਂ ਵਾਸਤੇ ਇਹ ਆਪਦੇ ਆਪ ਦੇ ਵਿੱਚ ਇੱਕ ਵਰਦਾਨ ਆ ਅਤੇ ਅਸੀਂ ਇਹਨੂੰ ਖੋਣਾ ਨਹੀਂ ਚਾਹੁੰਦੇ ਅਤੇ ਅਸੀਂ ਸਭਾ ਨੂੰ ਕਾਮਯਾਬ ਕਰਕੇ ਦਿਖਾਉਣਾ ਚਾਹੁੰਦੇ। ਹਰ ਇੱਕ ਕਿਸਾਨ ਆ ਉਹ ਇਸ ਕਮੇਟੀ ਨਾਲ ਜਾਂ ਲੈ ਲਓ ਇਸ ਨਾਲ ਜੁੜਿਆ ਹੋਇਆ, ਤਾਂ ਲੱਗਦਾ ਉਹਨਾਂ ਨੂੰ ਵੀ ਬਹੁਤ ਵੱਡਾ ਮੁਨਾਫਾ ਜਿਹੜਾ ਨਵੀਂ ਚੋਣ ਹੋਈ ਹੈ ਤਾਂ ਉਹ ਦੇਊਗੀ? ਹਾਂਜੀ ਹਾਂ, ਅਤੇ ਜੋ ਵੀ ਸਾਡੀ ਕਮੇਟੀ ਚੁਣੀ ਗਈ ਹੈ, 7 ਦੇ 7 ਸਾਡੇ ਮੈਂਬਰ ਚੁਣੇ ਗਏ ਨੇ, ਉਹ ਮੌਕੇ ਦੀ ਸਰਕਾਰ ਨੂੰ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ, ਆਮ ਆਦਮੀ ਪਾਰਟੀ ਨੂੰ ਸਮਰਪਿਤ ਨੇ ਅਤੇ ਉਹ ਬਿਲਕੁਲ ਇਮਾਨਦਾਰੀ ਨਾਲ, ਨਿਰਪੱਖਤਾ ਨਾਲ ਅੱਗੇ ਇਹ ਕੰਮ ਕਰਨਗੇ ਅਤੇ ਸਾਨੂੰ ਪੂਰੀ ਉਮੀਦ ਆ ਜਿਵੇਂ ਪਹਿਲਾਂ ਛੋਟੇ ਕਿਸਾਨਾਂ ਨੂੰ, ਦਰਮਿਆਨੇ ਕਿਸਾਨਾਂ ਨੂੰ ਅਤੇ ਹੋਰ ਪਿੰਡ ਦੇ ਸਾਰੇ ਆਪਣੇ ਕਿਸਾਨਾਂ ਨੂੰ ਇਸਦਾ ਲਾਹਾ ਲੈ ਹੁੰਦਾ ਰਿਹਾ, ਤਾਂ ਅੱਗੇ ਵੀ ਇਹਦਾ ਲਾਹਾ ਹੁੰਦਾ। ਕਿਸ ਨੂੰ ਚੁਣਿਆ ਗਿਆ ਪ੍ਰਧਾਨ? ਜੋ ਤੁਹਾਨੂੰ 7 ਦੇ 7 ਦੇਖੇ ਨੇ ਉਹ ਸਾਰੇ ਪ੍ਰਧਾਨ ਨੇ ਇਹਨਾਂ 'ਤੇ ਆ, ਅਤੇ ਸੇਵਾ ਕਰਨ ਵਾਲੇ,
ਸਾਡੇ ਸਾਰੇ ਜੁਝਾਰੂ ਸਾਥੀ ਨੇ ਅਤੇ ਸੇਵਾ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੇਵਾ ਕਰਨ ਵਾਲਾ ਪ੍ਰਧਾਨ ਹੋਊਗਾ। ਪਾਲ ਜੀ, ਅੱਜ ਚੋਣ ਹੋਈ ਹੈ ਕੋਆਪਰੇਟਿਵ ਸੁਸਾਇਟੀ ਦੀ, ਕਿਵੇਂ ਦਾ ਰਿਹਾ? ਬਹੁਤ ਸ਼ਾਂਤੀ ਨਾਲ ਚੋਣ ਹੋਈ ਹੈ ਜੀ। ਅਸੀਂ 11 ਮੈਂਬਰ ਚੁਣੇ ਗਏਗੇ, ਇਦੂ ਬਾਅਦ ਅਸੀਂ ਆਪਣੇ ਹਫ਼ਤੇ ਦੇ ਅੰਦਰ ਅੰਦਰ ਪ੍ਰਧਾਨ ਜੀ ਦੀ ਚੋਣ ਕਰਾਂਗੇ। ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਆਪਸੀ ਮਾਹੌਲ ਬਰਕਰਾਰ ਹੁੰਦਾ ਅਤੇ ਅੱਜ ਵੀ ਆਪਸੀ ਜਿਹੜੀ ਭਾਈਚਾਰਕ ਨਾਲ ਜਿਹੜੀ, ਬਿਲਕੁਲ ਜੀ ਸ਼ਾਂਤੀਪੂਰਵਕ ਸਾਰਾ ਕੰਮ ਸਮਾਪਤ ਹੋਇਆ ਜੀ। ਆਪਸੀ ਸਹਿਮਤੀ ਪੂਰੀ ਬਣੀ? ਬਿਲਕੁਲ ਜੀ ਸਹਿਮਤੀ ਰਹੀ ਹੈ ਸਾਡੀ, ਸਾਰੇ ਮੈਂਬਰ ਦੀ ਸਹਿਮਤੀ ਨਾਲ ਸਾਰਾ ਅਨੁਭਵ ਵਧੀਆ ਜੀ।